ਅਸੀਂ ਸਾਡੇ ਵਿਧਾਨ ਸਭਾ ਨੇ ਯੂਨੈਨਿਮਸਲੀ ਉਹਨਾਂ ਨੂੰ ਰਿਜੈਕਟ ਕੀਤਾ। ਅਸੀਂ ਆਪਣੇ ਤੌਰ 'ਤੇ ਬਿੱਲ ਅਡੋਪਟ ਕੀਤੇ ਨੇ ਕੁਛ, ਐਂਡ ਅਸੀਂ ਉਹ ਅੱਜ ਸਾਰੇ ਯੂਨੈਨਿਮਸਲੀ ਅੱਜ ਸਾਰੇ ਉਰੇ ਪਹੁੰਚੇ ਨੇ ਰਾਜਭਵਨ ਗਵਰਨਰ ਸਾਹਿਬ ਨੂੰ ਉਹ ਬਿੱਲ ਜਿਹੜੇ ਅਸੀਂ ਪਾਸ ਕੀਤੇ ਨੇ ਉਹਨਾਂ ਦੀ ਕਾਪੀਆਂ ਦਿੱਤੀਆਂ ਨੇ, ਔਰ ਰਿਕੁਐਸਟ ਅਸੀਂ ਕੀਤੀ ਆ ਉਹਨਾਂ ਨੂੰ ਕਿ ਇਹਦੀ ਆਪਣੀ ਮਨਜ਼ੂਰੀ ਦੇਣ ਜਿੰਨੀ ਜਲਦੀ ਇਹ ਦੇ ਸਕਦੇ ਨੇ। ਪਹਿਲਾਂ ਗਵਰਨਰ ਸਾਹਿਬ ਕੋਲ ਜਾਂਦਾ, ਦੈਨ ਇਟ ਗੋਜ਼ ਟੂ ਰਾਸ਼ਟਰਪਤੀ ਜੀ, ਫਿਰ ਇਹ ਬਿੱਲ ਬਣਦਾ। ਨਹੀਂ ਹੈ ਦੈਨ ਵੀ ਹੈਵ ਦੀ ਅਦਰ ਮੈਥਡ ਵਿੱਚ ਦ ਲੀਗਲ ਮੈਥਡਸ। ਅਗਰ ਕੋਨਸਟੀਟਿਊਸ਼ਨਲ ਹੈੱਡ ਸਾਡੇ ਨਹੀਂ ਸਾਈਨ ਕਰਨਗੇ, ਆਈ ਐਮ ਹੋਪਫੁਲ ਕਿ ਗਵਰਨਰ ਸਾਹਿਬ ਇਸ ਨੂੰ ਜ਼ਰੂਰ ਧਿਆਨ ਦੇਣਗੇ, ਬਿਕੋਜ਼ ਇਟ ਇਜ਼ ਯੂਨੈਨਮਸ ਐਂਡ ਇਜ਼ ਗਵਰਨਰ ਆਫ ਪੰਜਾਬ ਐਂਡ ਪੰਜਾਬ ਦੀ ਆਵਾਜ਼ ਵਿਧਾਨ ਸਭਾ ਦੇ ਵਿੱਚੋਂ ਆਈ ਹੈ। ਐਜ਼ ਗਵਰਨਰ ਆਫ ਪੰਜਾਬ ਹੀ ਸ਼ੁੱਡ ਡੂ ਦਿਸ। ਔਰ ਮੈਂ ਅਸੀਂ ਟਾਈਮ ਵੀ ਮੰਗਿਆ ਹੁਣ ਰਾਸ਼ਟਰਪਤੀ ਜੀ ਤੋਂ ਆਲਰੇਡੀ ਕਿ 2nd ਔਰ 5th ਨਵੰਬਰ ਦੇ ਦਰਮਿਆਨ ਮੈਂ ਸੁਣਿਆ ਉਹਨਾਂ ਨੂੰ ਟਾਈਮ ਹੈ, ਉਹ ਸਾਨੂੰ ਕੋਈ ਟਾਈਮ ਦੇ ਦੇਣ, ਸਾਰਾ ਵਿਧਾਨ ਸਭਾ ਉੱਥੇ ਜਾਊਗਾ, ਉਹਨਾਂ ਨੂੰ ਮਿਲਣ ਦੇਣ।